ਇਹ ਤੋਂ ਵੱਧ ਦੱਸ ਤੂੰ ਕੀ ਕਰਨਾ ਵਾ। ਉਹ ਦੋਵੇਂ ਭਰਾ ਨਾ ਇੱਕ ਦੂਜੇ ਦੇ ਸਾਹ ਵਿੱਚ ਸਾਹ ਲੈਂਦੇ ਸੀ ਤੇ ਹੁਣ ਕਿਤੇ ਇੱਕ ਦੂਜੇ ਨਾਲ ਬੋਲਦੇ ਵੀ ਨਹੀਂ ਆ, ਖਾਣ ਪੈਂਦੇ ਨੇ ਇੱਕ ਦੂਜੇ ਨੂੰ। ਹੋਰ ਤੂੰ ਦੱਸ ਕੀ ਕਰਨਾ ਵਾ? ਨਹੀਂ ਨਹੀਂ ਮੈਨੂੰ ਪਤਾ ਗਰਮੀ ਬੜੀ ਹੈ, ਤੂੰ ਆਪਣਾ ਪਿੰਡ ਛੱਡ ਕੱਢ ਤੇ ਮਾਂ ਕਰਕੇ ਤਿਆਰ ਹੋ ਕੇ ਫਿਰ ਜਾਣਾ। ਅਰੇ ਤੈਨੂੰ ਪਤਾ ਉਹ 1 ਲੱਖ ਰੁਪਿਆ ਜਿਹੜਾ ਮੈਂ ਕੋਲੋਂ ਦਿੱਤਾ ਸੀ ਤੈਨੂੰ, ਨਹੀਂ ਕਿ ਇਹਦੇ ਝਿਜਕ ਦੇ ਸੀ। 1 ਲੱਖ ਰੁਪਿਆ ਦਿੱਤਾ? ਤੁਹਾਡਾ ਤਾਂ ਲੱਗਦਾ ਦਿਮਾਗ ਖਰਾਬ ਹੋਇਆ। ਤੁਸੀਂ ਕਾਹਤੋਂ ਦਿੱਤਾ? ਦਿੰਦੇ ਇਹਦੇ ਮਾਂ ਪਿਓ। ਨੌਕਰੀ ਕਰਦਾ ਤੇ ਮੇਰਾ ਫਰਜ਼ ਬਣਦਾ ਵਾ, ਮੈਂ ਬਾਹਰ ਅੰਦਰ ਫਿਰਦਾ ਹਾਂ ਵੀ ਜਿੱਥੇ ਇਹਨਾਂ ਨੂੰ ਨਹੀਂ ਕਿ ਗੱਲ ਦਾ ਪਤਾ ਲੱਗਦਾ ਮੇਰਾ ਦੱਸਣਾ ਫਰਜ਼ੀ ਤੋਂ ਮੈਂ ਕੀਤਾ, ਕਿਉਂਕਿ ਇਹੋ ਜਿਹੀਆਂ ਗੱਲਾਂ ਨਹੀਂ ਚੰਗੀਆਂ ਲੱਗਦੀਆਂ। ਬੱਚੇ ਦੇ ਮਸਲੇ ਦੇ ਵਿੱਚ ਮੈਂ ਕਦੀ ਨਹੀਂ ਕਰ ਸਕਦਾ, ਕਿਉਂਕਿ ਮੇਰੀ ਜਿੰਦ ਜਾਨ ਆ ਕੰਮ। ਅੱਜ ਤੋਂ ਉਹ ਬੱਚਾ ਨਾ, ਕੱਲ ਜਦੋਂ ਵੱਡਾ ਹੋਇਆ ਨਾ, ਤੁਹਾਡੀਆਂ ਰਗਾਂ ਚ ਉਹਨੇ ਬੂਟ ਦੇਣਾ ਵਾ, ਤੇ ਨਾਲੇ ਜਿਹੜਾ ਆਪਣਾ ਧੀ ਪੁੱਤ ਹੋਏ ਨਾ, ਆਪਣਾ ਹੁੰਦਾ ਬਗਾਨੇ ਨੀ ਪਾਉਂਦੇ ਹੁੰਦੇ। ਤੇ ਉਹ ਵੀ ਆਪਣਾ ਖੂਨ ਹੀ ਆ, ਉਹ ਕਿਹੜਾ ਕੋਈ ਬਗਾਨਾ ਵਾ। ਜੇ ਆ ਹੀ ਗਿਆ ਵਾ ਤਾਂ ਤੂੰ ਆਉਂਦੇ ਇਹੋ ਜਿਹੀਆਂ ਗੱਲਾਂ ਛੋਹਦੀਆਂ ਵਾ। ਅੱਗੇ ਉਹ ਵਿਚਾਰਾ ਕਿਤੇ ਬੜਾ ਮਤਲਬ ਵੀ ਰਹਿੰਦਾ ਇੱਥੇ, ਨਿੱਕੇ ਹੁੰਦੇ ਨੂੰ ਤੂੰ ਉੱਥੇ ਘੱਲਦਾ ਵਾ ਹੀ ਪੜ੍ਹਨ, ਹੱਥੋਂ ਮਜਬੂਰੀ ਨੂੰ ਵੀ ਉਹਨੂੰ ਪੜ੍ਹਾਈਏ ਚੰਗੇ। ਜੇ ਉੱਥੇ ਖਰਚਾ ਦੇਣ ਦੇ ਤੇ ਇੱਥੇ ਖਰਚਾ ਦੇ ਲਓ, ਸਾਰਾ ਤਾਂ ਖਰਚਾ ਅਸੀਂ ਦੇਣ ਦੇ ਆ, ਤੇ ਨਾ ਉੱਥੇ ਹੁਣ ਡਿਆ ਵੀ ਨਾਨਕੇ ਪੜ੍ਹਨ ਡਿਆ ਵਾ, ਵੱਖਰੀ ਟਾਵਰ ਉਹਦੀ ਮੈਡਮ ਦੀ ਬਣਦੀ ਹੋਣੀ ਆ, ਵੀ ਮੇਰੇ ਪੇਕੇ ਪੜ੍ਹਾਉਂਦੇ ਆ। ਯਾਰ ਆਪਾਂ ਨੂੰ ਇਹੋ ਜਿਹੀ ਗੱਲ 'ਚ ਕੋਈ ਪੈਣ ਦੀ ਜ਼ਰੂਰਤ ਨਹੀਂ ਆ, ਤੇ ਉਹਨਾਂ ਦੀ ਵੀ ਬਹਾਦਰੀ ਆ, ਚਲੋ ਜਿੱਦਾਂ ਮਰਜ਼ੀ ਆ, ਛੋਟੇ ਬੱਚੇ ਦੀ ਜ਼ਿੰਮੇਵਾਰੀ ਸਾਂਭਣਾ ਹੀ ਬੜੀ ਬਹਾਦਰੀ ਹੁੰਦੀ ਆ। ਮੈਂ ਇਹ ਗੱਲ ਉਹਨਾਂ ਨੂੰ ਮਾੜੇ ਨਹੀਂ ਆਉਂਦਾ ਹੈਗਾ, ਜਿਹੜਾ ਕਿਸੇ ਦਾ ਛੋਟਾ ਬੱਚਾ ਸਾਂਭਦਾ ਨਾ ਉਹ ਬੜੀ ਜ਼ਿੰਮੇਵਾਰੀ ਹੁੰਦੀ ਆ, ਤੇ ਨਾਲੇ ਉਹ ਵਿਚਾਰੇ ਕਿਹੜੇ ਕਹਿੰਦੇ ਵੀ ਤੁਸੀਂ ਇੱਥੇ ਹੀ ਛੱਡੋ, ਉਹ ਤੇ ਸਾਡੀ ਮਜਬੂਰੀ ਆ ਵੀ ਉੱਥੋਂ ਅਪ ਡਾਊਨ ਰੋਜ਼ ਨਹੀਂ ਕਰ ਸਕਦਾ ਬੱਚਾ। ਤੁਹਾਨੂੰ ਅੱਜ ਹੋ ਕੇ ਗਿਆ ਵਾ, ਬੜੀ ਇਹਨਾਂ ਦੀ ਸੈਡ ਲੈਣ ਡਿਓ। ਮੈਂ ਸੈਡ ਸੂਟ ਨਹੀਂ ਕੋਈ ਵੀ ਲੈਣ ਡਿਆ ਹੈਗਾ, ਤੈਨੂੰ ਪਤਾ ਹੈਗਾ ਵਾ ਅਗਮ ਜਦੋਂ 2-2.5 ਸਾਲਾਂ ਦਾ ਸੀ ਨਾ, ਜੇ ਕਿਤੇ ਪਿੰਦਰ ਉਹਨੂੰ ਕੁਝ ਕਹਿ ਦਿੰਦਾ ਨਾ ਖਿੱਚ ਕੇ, ਜਦੋਂ ਕਿਤੇ ਬੱਚਾ ਸਤਾ ਦਿੰਦਾ ਨਿੱਕਾ, ਤੇ ਮੈਂ ਉਹਦੇ ਨਾਲ ਲੜ ਪੈਂਦਾ ਨਾ, ਉਹਨੇ ਮਗਰ ਚੜ ਜਾਣਾ ਨਾ ਵੀ ਤੇਰਾ ਕੀ ਮਤਲਬ ਆ ਬੱਚੇ ਨੂੰ ਕਹਿਣ ਦਾ, ਕਿਉਂਕਿ ਬੱਚਾ ਪਿਆਰਾ ਹੁੰਦਾ ਵਾ, ਜਿੰਦ ਜਾਣਾ ਮੇਰੀ ਅਗਮ। ਤੇ ਨਾਲੇ ਇੱਕ ਗੱਲ ਹੋਰ ਖਬਰਦਾਰ, ਕੋਈ ਵੀ ਜੇ ਬੱਚੇ ਪ੍ਰਤੀ ਕੋਈ ਮਨ 'ਚ ਲਿਆਂਦੀ ਨਾ ਉਹਦੀ ਗੱਲ ਬਾਤ ਇਹਦੇ ਅਗਮ ਦੇ, ਤੇ ਯਾਦ ਰੱਖੀ ਤੇਰੀ ਮੈਂ ਕੋਈ ਗੱਲ ਨਹੀਂ ਮੰਨਣੀ ਹੈਗੀ, ਭਾਵੇਂ ਉਹ 'ਚ ਮੇਰਾ ਨੁਕਸਾਨ ਹੀ ਹੋਵੇ। ਪਾਣੀ ਦੀਆਂ ਵਾਰੀਆਂ ਬੰਨ ਲੋ, ਪੈਲੀ ਦੀ ਆ ਨਾ ਬਾਹਰ ਵੀ ਵੱਟ ਬੰਨੇ ਦੀ ਪਾਣੀ ਬੰਨਣਾ, ਕੱਲ ਨੂੰ ਮੁੜ ਕੇ ਇਹ ਵੀ ਕਹਿ ਦਿਆ ਕਰੋ ਵੀ ਥਾਲੀ 'ਚ ਰੋਟੀ ਉਹਨੇ ਰੱਖ ਕੇ ਦੇਣੀ ਹੈ ਤੇ ਉਹਨੇ ਰੱਖ ਕੇ ਦੇਣੀ ਹੈ, ਕੋਈ ਸ਼ਰਮ ਨੂੰ ਵੀ ਹੱਥ ਮਾਰ ਲਈ ਦੀ ਹੋਈ ਦੀ ਹੈ ਮੰਨਿਆ ਵੀ ਕੁਝ ਆਪਣਾ ਸੋਚ ਲੋ, ਪਰ ਸੋਚਦੇ ਆ ਸੂਈ ਉੱਥੇ ਟਿਕੀ ਇਹਦੀ। ਕਿ
ਕਿਧਰੋਂ ਆਇਆ ਮੋਟਰਸਾਈਕਲ ਫੜ ਕੇ ਮੈਨੂੰ ਬੱਸੇ ਭਾਲਿਆ। ਮੰਮੀ ਅੱਜ ਕਿਧਰ ਦੀ ਤਿਆਰੀ ਕਰ ਲਈ ਜੇ? ਵੇ ਸ਼ਹਿਰ ਜਾਣਾ ਮੈਂ। ਮੰਮੀ ਸ਼ਹਿਰ ਤੁਸੀਂ ਬੱਸੇ ਕਰਨ ਨੂੰ ਜਾਣਾ? ਅਸੀਂ ਤੁਹਾਡੇ ਨਾਲ ਜਾਂਦੇ ਆ। ਨਹੀਂ ਮੈਂ ਉੱਥੇ ਨਾ ਕੋਈ ਕੰਮ ਹੈ ਮੈਨੂੰ। ਕਿੱਦਾਂ ਦਾ ਕੰਮ ਹੈ ਸਾਨੂੰ ਦੱਸ। ਕੰਮ ਫਿਰ ਮੈਂ ਤੈਨੂੰ ਦੱਸਣੀ ਆ ਨਾ, ਉੱਥੇ ਮੇਰੀ ਘੜੀ ਲੱਗ ਜਾਣੀ ਤੇ ਤੂੰ ਕਾਹਲਿਆਂ ਪੈ ਜਾਣਾ ਮੈਂ। ਮੈਂ ਤੇ ਤੇਰੀ ਭੈਣ ਨੂੰ ਆਖਿਆ ਵੀ ਛੁੱਟੀਆਂ ਪਈਆਂ ਨੇ ਤੇ ਆ ਜਾ ਚਾਰ ਦਿਨ। ਅੱਛਾ। ਤੇ ਲੀੜੇ ਲੋੜੇ ਬਣਾ ਕੇ ਲੈ ਜੀ। ਤੇ ਉਹ ਨੀ ਮੰਨਦੀ, ਆਂਦੀ ਮੇਰਾ ਘਰ ਟਾਈਮ ਨਹੀਂ ਹੈਗਾ ਨਿਕਲਦਾ, ਤੇ ਉਹਨੇ ਹੁਣ ਸ਼ਹਿਰ ਆਉਣਾ ਵਾ ਤੇ ਮੈਂ ਉਹਨੂੰ ਕੱਪੜੇ ਬਣਾ ਕੇ ਦੇਣੇ। ਅੱਛਾ, ਕੱਪੜੇ ਬਣਾਉਣ ਲਈ ਟਾਈਮ ਇਹਦਾ ਤਾਂ ਕੋਈ ਨਿਕਲ ਗਿਆ ਤੇ ਇੱਥੇ ਨਹੀਂ ਆਉਣਾ ਉਹਨੇ। ਆਹੋ ਤੈਨੂੰ ਪਤਾ ਹੀ ਹੈ ਨਾ ਪੁੱਤਰ, ਫਿਰ ਧੀਆਂ ਭੈਣਾਂ ਜਿਹੜੀਆਂ ਉਹਨਾਂ ਕੱਪੜਿਆਂ ਦੀ ਲੋੜ ਹੁੰਦੀ ਹੈ ਨਾ ਪੇਕਿਆਂ ਦੀ। ਮੰਮੀ ਪੈਸੇ ਪੂਸੇ ਤੁਸੀਂ ਕਿਹਾ ਹੀ ਨਹੀਂ? ਨਹੀਂ ਪੈਸੇ ਦੀ ਕੋਈ ਗੱਲ ਨੀ, ਮੇਰੇ ਕੋਲ ਹੈਗੇ ਨੇ। ਅੱਛਾ, ਹਾਂ ਪੈਸੇ ਕਰਦੇ ਇਕੱਠੇ ਕਰ ਛੱਡਦੇ ਉਹਦੇ ਲਈ। ਆਹੋ ਤੇ ਇੱਕ ਕੰਮ ਕਰੋ, ਜਾਓ ਕੱਪੜੇ ਹੋਰ ਪਾ ਕੇ ਆਓ। ਉਹਨੇ ਆਖਣਾ ਵੀ ਨੂੰਹਾਂ ਘਰੇ ਨੂੰ ਚੱਜ ਦੇ ਕੱਪੜੇ ਨਹੀਂ ਪਾਉਣ ਦਿੰਦੀਆਂ। ਪਿੱਤਰ ਕੱਪੜੇ ਮੇਰੇ ਸੋਹਣੇ ਨੇ, ਰਹਿਣ ਦੇ ਦੋ, ਗਰਮੀ ਦੇ ਵਿੱਚ ਇਹੋ ਜਿਹੇ ਚੱਲਦੇ ਨੇ। ਉਹ ਮੰਮੀ ਮੁੜਕੇ ਉਹਨੇ ਗੱਲਾਂ ਕਰਨੀਆਂ ਨੇ। ਉਹ ਕੋਈ ਨੀ ਗੱਲ ਕਰਦਾ, ਤੂੰ ਰਹਿਣ ਦੇ, ਗਰਮੀ 'ਚ ਇਹੋ ਜਿਹੇ ਲੀੜੇ ਚੱਲਦੇ ਨੇ, ਰਹਿਣ ਦੇ, ਤੂੰ ਮੈਂ ਨੀ ਸੋਹਣੇ ਲੀੜੇ ਪਾਉਂਦੀ। ਜੇ ਉਹ ਗੱਲ ਕਰੇਗੀ ਫਿਰ ਆਪੇ ਤੁਸੀਂ ਕਰ ਲਿਓ ਉਹਦੇ ਨਾਲ। ਕੋਈ ਨੀ ਮੈਂ ਕਰ ਲਾਂਗੀ, ਆ ਤੂੰ ਮੈਨੂੰ ਛੱਡ ਗਿਆ। ਚਲੋ ਆਹ ਮਿਲ ਗਈ ਬਸ। ਪਿੰਦਰ ਪਰ ਵੇਖ ਲੋ ਮੰਮੀ ਦੇ ਕੰਮ, ਮੈਂ ਕਿਹਾ ਹੈ ਵੀ ਕੱਪੜੇ ਬਦਲ ਲੋ, ਕੋਈ ਵਧੀਆ ਸੂਟ ਪਾ ਲੋ। ਤੁਹਾਨੂੰ ਪਤਾ ਹੀ ਹੈ ਦੀਦੀ ਦਾ ਸੁਣ ਕੇ ਉਹਨਾਂ ਨੇ ਸਾਨੂੰ ਗੱਲਾਂ ਕਰਨੀਆਂ। ਉਹ ਨਹੀਂ ਕਰਦੀ, ਮੈਂ ਤੇ ਆਪ ਕਹਿਣ ਡਿਆ ਹਾਂ ਮੰਮੀ ਨੂੰ ਤਾਂ ਮੰਮੀ ਕਹਿੰਦੀ ਗਰਮੀ ਬੜੀ ਹੈ, ਕੋਈ ਗੱਲ ਨਹੀਂ। ਮੈਂ ਅੱਜ ਸਗੋਂ ਦੀਦੀ ਨੂੰ ਕਿਹਾ ਵੀ ਕੋਈ ਨੀ ਤੁਸੀਂ ਚਾਰ ਦਿਨ ਆ ਜਾਓ, ਸੱਸ ਸਹੁਰਾ ਹੈ ਹੀ ਉਹਨਾਂ ਨੇ ਮਗਰੋਂ ਸਾਂਭ ਲੈਣਾ ਸੀ ਘਰ, ਤੇ ਵੇਖ ਲੋ ਇੱਥੇ ਤੱਕ ਨਹੀਂ ਆਏ ਤੇ ਹੁਣ ਕੱਪੜੇ ਬਣਾਉਣ ਨਹੀਂ ਤੇ ਆ ਹੀ ਗਏ ਆ ਨਾ। ਇਹ ਹੁਣ ਲਾਜ ਜੀ ਇਹਨੂੰ ਆਹੋ ਸੂਟ ਮਿਲਣੇ ਨੇ ਗਲਾਸ ਕਿੱਥੇ ਗਲਾਸ ਔਰ ਕੱਪ ਕੱਪਾਂ ਚ ਪਾਓ ਆ।
ਮੁਰਲੀ ਨਾ ਅਗਮ ਵਾਸਤੇ ਨਾ ਲੂਣ ਜਵੈਣ ਵਾਲੀ ਪਰੌਂਠੀ ਲਾ ਦੀ ਚੰਗਾ। ਦੀਦੀ ਉਹਨੂੰ ਕਾਹਤੋਂ ਪੁੱਠੀਆਂ ਰਾਤਾਂ ਪਾਉਣ ਡੇ, ਦਾਲ ਕਿੱਡੀ ਸੋਹਣੀ ਬਣੀ ਆ, ਇੰਨਾ ਰੋਟੀ ਖਵਾਓ ਉਹਨੂੰ, ਉਹ ਨਹੀਂ ਖਾਂਦਾ ਹੈਗਾ, ਤੂੰ ਪਕਾ ਦੇ। ਹਾਂ ਕੋਈ ਗੱਲ ਨੀ, ਮੈਂ ਤਾਂ ਪਕਾ ਹੀ ਦੇਣੀ ਆ, ਗਰਮੀ ਬੜੀ ਆ, ਤਲੀ ਰੋਟੀ ਨਹੀਂ ਚੰਗੀ ਹੁੰਦੀ। ਚੰਗਾ ਭੈਣਾ ਤੂੰ ਪਹਿਲਾਂ ਹੀ ਖੁਸ਼ੂਮਤ ਲਾ ਦੇ, ਮੁੰਡੇ ਨੇ ਪਤਾ ਨੀ ਖਾਣੀ ਆ ਕਿ ਨਹੀਂ ਖਾਣੀ, ਪਕਾਉਣ ਦੀ ਮਾਰੀ ਕਈ ਜਾਣਦੀ ਆ। ਪਕਾਉਣ ਦੀ ਮਾਰੀ ਨਹੀਂ, ਮੈਂ ਤਾਂ ਪਕਾ ਹੀ ਦੇਣੀ ਆ, ਪਕਾ ਲਾ ਲੇ ਫਿਰ। ਲੈ ਇੱਕ ਵਾਰ ਸਾਰੀ ਰੋਟੀਆਂ ਲੈ ਗਈ ਆ, ਪਤਾ ਨੀ ਇਹਨਾਂ ਕਿੰਨੀਆਂ ਖਾਣੀਆਂ ਰੋਟੀਆਂ। ਗਲੀ ਨਾ ਹਾਰ ਕੰਮ ਨੇ ਵੇਖ ਕੇ ਨਾ ਇੱਕ ਚਾਹ ਦਾ ਕੱਪ ਵਧੀਆ ਜਿਹਾ ਲਾਉਣ ਲੱਗੀ ਪੱਗ ਬਣਾ, ਪਤਾ ਨੀ ਕੀ ਗੱਲ ਆ ਜਿਹੜਾ ਸਿਰਪਿੜ ਜੀ ਬੜੀ ਹੋਣ ਡਈ ਹੈ। ਮੇਰੇ ਕੋ ਨੀ ਬਣਦੀ ਬੁਣਦੀ ਹੈਗੀ, ਪਹਿਲਾਂ ਤੁਹਾਡੇ ਸਾਰੇ ਪਰਿਵਾਰ ਦਾ ਲੰਗਰ ਲਾਇਆ, ਮਹਾ ਕਿਤੇ ਰੱਜਦੇ ਨੇ, ਪਤਾ ਨੀ ਇਹਨਾਂ ਨੇ ਢੇਡਾ ਕੇ ਖੂਹ ਆ ਜਿਹੜੇ ਭਰਦੇ ਨੀ ਆ। ਜਿੰਨੀ ਰੋਟੀ ਇਹਨੇ ਖਾਣੀ ਓਨੀ ਖਾਣੀ, ਹੋਲੀ ਬੋਲ ਜੇ ਕੋਈ ਸੁਣਨਗੇ ਤਾਂ ਕੀ ਕਹਿਣਗੇ, ਕਿੱਦਾਂ ਰੋਲਾ ਤੂੰ ਪਾਇਆ ਰਸੋਈ ਚ। ਜਾਟ ਬੁੱਝ ਕੇ ਮੈਨੂੰ ਤਾਂ ਲੱਗਦਾ ਜੇ ਤੈਨਾਂ ਕੱਲ ਰੋਟੀ ਘੱਟ ਖਾਧੀ ਆ ਤਾਂ ਅੱਜ ਜਦੋਂ ਮੇਰੀ ਵਾਰੀ ਹੁੰਦੀ ਆ ਤਾਂ ਉਦੋਂ ਰੋਟੀਆਂ ਖਾਂਦੇ ਜਾਂਦੀਆਂ। ਫਿਰ ਉਹੀ ਗੱਲ ਦੁਬਾਰਾ, ਰੋਟੀ ਉਹਨਾਂ ਵੱਧ ਕਿੱਦਾਂ ਖਾ ਲੈਣੀ ਆ, ਜਿੰਨੀ ਮੈਨੂੰ ਭੁੱਖ ਆ ਮੈਂ ਓਨੀ ਖਾਣੀ ਆ, ਤੇ ਬਾਕੀ ਇਹ ਆ ਵੀ ਗਰਮੀ ਚ ਰੋਟੀ ਕੋਈ ਫੁਲਕਾ ਕੇ ਵੱਧ ਵੀ ਖਾਧਾ ਜਾਂਦਾ ਵੱਧ ਘੱਟ ਹੋ ਜਾਂਦੀ ਆ। ਹੋਰ ਜਾਂਦੀ ਆ ਤਾਂ ਭਾਂਡੇ ਆ, ਬੰਦਾ ਇੱਕ ਥਾਲੀ ਚ ਵੀ ਰੋਟੀ ਖਾ ਲੈਂਦਾ ਵਾ, ਤਿੰਨ ਤਿੰਨ ਥਾਲੀਆਂ ਦੀ ਬੇੜੀਆਂ ਨੇ, ਮੈਨੂੰ ਸਿੰਖ ਭਰੀ ਆ ਮੇਰੇ ਲਈ। ਚੱਲ ਕੋਈ ਨੀ ਧੋਲਾ, ਐਵੇਂ ਖਬਰ ਦਾ ਕੋਈ ਫਾਇਦਾ ਨੀ ਆ, ਧੋ ਕੇ ਨਾ ਜਿਹੜਾ ਕੰਮ ਮੈਂ ਕਿਹਾ ਉਹ ਕਰ ਮਗਰ। ਕੰਮ ਤਾਂ ਮੈਂ ਚਾਹ ਤੇ ਤੁਹਾਡੀ ਦਊਂਗੀ ਬਣਾ, ਪਹਿਲਾਂ ਨਾ ਮੇਰੀ ਇੱਕ ਗੱਲ ਸੁਣੋ। ਹਾਂਜੀ ਦੱਸੋ। ਤੁਸੀਂ ਨਾ ਕੰਮ ਵਾਲੀ ਲਵਾ ਦਿਓ, ਜਿੱਦਣ ਮੇਰਾ ਕੰਮ ਹੁੰਦਾ ਹੈ ਨਾ ਤਾਂ ਉਹ ਮੇਰੇ ਹਿੱਸੇ ਦਾ ਕਰਵਾ ਦਿਆ ਕਰੇ ਨਾਲ। ਕੰਮ ਵਾਲੀ ਲਵਾ ਦਿਓ? ਆਹੋ। ਇਹ ਕਿੱਦਾਂ ਦਾ ਢਕੋਂਜ ਵਿੱਚ ਵੱਡਾ ਤਾਂ ਕੰਮ ਵਾਲੀ ਲਵਾ ਦਿਓ, ਕੰਮ ਚੰਗਾ ਭਲਾ ਚੱਲਣ ਡਿਆ ਘਰ ਦਾ, ਹੁਣ ਵਾਲੀ ਇਸੇ ਵੀ ਤਾਂ ਬੰਨੀ ਆ ਵੀ ਇੱਕ ਦੂਜੇ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਤੋਂ, ਨਾ ਕੋਈ ਗੁੱਸਾ ਗਿਲਾ ਆਵੇ ਵੀ ਮੈਂ ਵੱਧ ਕਰਦੀ ਹਾਂ ਤੇ ਮੈਂ ਘੱਟ ਕਰਦੀ ਹਾਂ। ਮੈਂ ਤੁਹਾਨੂੰ ਇਹੋ ਤੇ ਕਹਿਣ ਦੀ ਆ ਵੀ ਜਿੱਦਣ ਉਹਦੀ ਵਾਰੀ ਹੋਏ ਉਦਣ ਕੰਮ ਵਾਲੀ ਨਾ ਆਏ ਤੇ ਜਿੱਦਣ ਮੇਰੀ ਵਾਰੀ ਹੋਏ ਤਾਂ ਉਦਣ ਆ ਜਾਇਆ ਕਰੇ। ਤੇ ਰਹੀ ਗੱਲ ਪੈਸਿਆਂ ਦੀ ਨਾ, ਪੈਸੇ ਮੈਂ ਆਪੇ ਦੇ ਲਾਂਗੀ, ਭਾਵੇਂ ਮੈਨੂੰ 500 ਰੁਪਇਆ ਵੱਧ ਨਾ ਦੇਣਾ ਪਏ। ਰਸੋਈ 'ਚ ਤੇ ਏਦਾਂ ਵਾ ਜਿੱਦਾਂ ਅੱਗ ਬਲਣ ਡੀ ਹੁੰਦੀ ਆ, ਇੰਨੀ ਗਰਮੀ ਆ। ਉਹ ਚੱਲ ਕੋਈ ਗੱਲ ਨੀ, ਖਾਣਾ ਹੈ ਨਾ ਕਰਦਿਆਂ ਕੋਈ ਮਸਲਾ ਹੱਲ, ਵਿਹਨੇ ਆ ਜੇ ਕੋਈ ਮਿਲ ਜਾਂਦੀ ਹੈ ਨਾ ਠੀਕ ਠਾਕ, ਇਹ ਵੀ ਵੇਖਣਾ ਨਾ ਵੀ ਕੋਈ ਕੰਮ ਕਰਨ ਵਾਲੀ ਵੀ ਹੋਏ, ਉਹ ਨਾ ਸਿਰਫ ਮਹੀਨੇ ਦੇ ਪੈਸੇ ਇਕੱਠੇ ਕਰਨ ਵਾਲੀ ਹੋਵੇ, ਤੇ ਤੂੰ ਆ ਕਰਕੇ ਨਾ ਤੇ ਜਿਹੜਾ ਕੰਮ ਤੈਨੂੰ ਮੈਂ ਕਿਹਾ ਉਹ ਕਰ। ਉਹ ਤਾਂ ਕਰਦਾ ਨਹੀਂ ਹੈ ਤੇ ਲੱਭ ਲਿਓ, ਇਹ ਨਾ ਬਹਾਨਾ ਹੀ ਕਰਦੇ ਰਹੋ ਵੀ ਮੈਂ ਲੱਭਣਾ ਲੱਭਣਾ ਵਾ। ਹੁਣ ਕੋਈ ਗੱਲ ਉੱਥੇ ਰਹੀ ਆ, ਪਹੁੰਚੋ ਜੇ ਮੇਰੀ ਚਾਹ ਬਣਾ ਦੇ, ਸੁਮੀਤ ਮੇਰੀ ਹੈ ਨਹੀਂ ਹੈ, ਇਹ ਨਹੀਂ ਤਾਂ ਸਿਖਾਦਾ ਵੀ ਇਹਨੂੰ ਪਸੀਨਾ ਕਿੱਦਾਂ ਆਇਆ ਤੇ ਮਾਸਾ ਸਾਹ ਲੈ ਲੈ ਤੇ ਫਿਰ ਬਣਾ। ਸੁਣ ਲਈ ਆ ਬਾਬਾ, ਹੁਣ ਕੰਮ ਵਾਲੀ ਮੈਂ ਜੇਬ 'ਚ ਪਾਈ ਇਹ ਕੱਢ ਕੇ ਤੇਰੇ ਅੱਗੇ ਧਰਦਾ। ਇਹ ਵੀ ਆਪਣੇ ਟੱਬਰ ਵਰਗੇ ਹੀ ਆ, ਇਹਨਾਂ ਨੂੰ ਕਾਹਦਾ ਵਾ, ਭਾਵੇਂ ਮੈਂ ਜੀਵਾਂ ਭਾਵੇਂ ਮਰਾਂ। ਦੀਦੀ ਤੁਹਾਨੂੰ ਮੰਮੀ ਬੁਲਾਉਂਦੇ ਨੇ।
ਹਾਂਜੀ ਮੰਮੀ ਦੱਸੋ। ਬਹਿ ਜਾ ਇੱਥੇ, ਮੈਂ ਫਿਰ ਤੈਨੂੰ ਦੱਸਦੀ ਹਾਂ। ਦੂਜੇ ਕੱਪੜੇ ਲੈ ਜਿਹੜੇ ਨਿਕਰਾਂ ਵਾਲੇ ਹੋਣੇ ਨੇ, ਚੰਗਾ ਓਹਨੇ ਚਾਰ ਨਾਲ ਲੈ ਕੇ ਦਿੱਤੇ ਸੀ। ਮੈਂ ਚੱਲ ਫਿਰ ਠੀਕ ਹੈ, ਇੱਕ ਆ ਸ਼ਰਟ ਵੀ ਠੀਕ ਹੈ ਵਧੀਆ ਕਰਕੇ ਲੈ ਕੇ ਦਿੱਤੇ ਨੇ। ਮੇਰੇ ਤੋਂ ਆਹ ਰੰਗ ਨੀ ਹੈਗਾ, ਆਹ ਸੂਟ ਦੀਦੀ ਮੈਂ ਲੈਣਾ, ਮੇਰੇ ਕੋਲ ਵੀ ਨੀ ਇਹ ਰੰਗ ਹੈਗਾ। ਗੁਰਲੀਨ ਤੇ ਪੇਜ ਨਾਲ ਦੇ ਕਿੰਨੇ ਸੂਟ ਨੇ, ਤੂੰ ਜਰੂਰੀ ਇਹੋ ਲੈਣਾ, ਉਹ ਵਾਲਾ ਲੈ ਲਾ। ਮੈਂ ਜਦੋਂ ਕਿਹਾ ਮੈਂ ਇਹੋ ਲੈਣਾ, ਤੂੰ ਉਹ ਲੈਣਾ। ਦੁਰ ਫੇੜੇ ਮੇਰੇ ਸੂਟ ਲਿਆਉਣ ਦਾ, ਜੇ ਮੈਨੂੰ ਪਤਾ ਹੁੰਦਾ ਨਾ ਤੇ ਮੈਂ ਲਿਆਉਂਦੀ ਨਾ। ਕੁੜੀ ਤੇ ਮੈਨੂੰ ਬਥੇਰਾ ਆਉਂਦੀ ਵੀ ਮੰਮੀ ਆਪਣੇ ਲਈ ਲੈ ਲੈ, ਮੈਂ ਕਿਹਾ ਨਹੀਂ ਚੱਲ ਮੈਂ ਚਾਰ ਨਾਲੋਂ ਨਾਲੇ ਦੋਵਾਂ ਨੇ ਲੈ ਜਾਣੇ, ਇੱਕ ਇੱਕ ਲੈ ਲੈਣਗੇ ਤੇ ਤੁਸੀਂ ਰੰਗ ਕੋਲ ਖੱਬ ਚੱਲੀਆਂ। ਆਹ ਰੰਗ ਮੈਂ ਲੈਣਾ, ਆਹ ਰੰਗ ਮੈਂ ਲੈਣਾ, ਇਸ ਨਾਲੋਂ ਤਾਂ ਮੈਂ ਚੰਗੀ ਹੁੰਦੀ ਤੇ ਨਾ ਲਿਆਉਂਦੀ, ਮੁੰਡੇ ਦਾ ਹੀ ਲੈ ਆਉਂਦੀ। ਦੀਦੀ ਇੱਕ ਗੱਲ, ਜੇ ਮੈਂ ਸੂਟ ਲੈਣਾ ਤਾਂ ਮੈਂ ਆਹੋ ਲੈਣਾ, ਨਹੀਂ ਤਾਂ ਮੈਂ ਉਹ ਵੀ ਨੀ ਲੈਣਾ। ਗੁਰਲੀਨਾ ਆਖਣਾ ਕਿੱਦਾਂ ਦੀ ਗੱਲ ਹੋਈ, ਮੈਂ ਪਹਿਲਾਂ ਆਹ ਸੂਟ ਨੂੰ ਹੱਥ ਪਾਇਆ ਸੀ ਤੇ ਮੈਂ ਵੀ ਇਹੋ ਸੂਟ ਹੀ ਲੈਣਾ, ਮੈਂ ਵੀ ਨੀ ਹੋਰ ਕੋਈ ਲੈਣਾ। ਤੇ ਤੁਹਾਂ ਦੇ ਘਰ ਚ ਕਾਲਾ ਹੀ ਪਾ ਲਈ ਤੇ ਮੰਮੀ ਤੁਸੀਂ ਸੇਮ ਰੰਗ ਲੈਣੇ ਸੀ ਨਾ। ਮੈਂ ਤਾਂ ਸਗੋਂ ਆਖੇ ਚੱਲ ਕੋਈ ਨੀ, ਇੱਕ ਦਿਨ ਜੀ ਵਾਹੇਗੀ ਤੇ ਵੇਖੇਗੀ, ਤੁਸਾਂ ਤੇ ਸੇਮ ਰੱਖ ਪਾਉਂਦੀ ਫਿਰ ਵੀ ਕਿਸੇ ਆਖਣਾ ਸੀ ਐਸਾ ਨੀ। ਉਹਨਾਂ ਦੀ ਸੱਸ ਨੇ ਕੀ ਲੀੜੇ ਆਉਂਦੇ ਨੇ, ਨਾ ਪਾਏ ਲੱਗਦੇ ਨੇ ਉਹਦੇ ਨੇ ਤੇ ਨਾ ਪਾਇਆ ਲੱਗਦਾ ਵੀ ਉਹਦਾ, ਤੇ ਵੱਖੋ ਵੱਖ ਨੇ ਤਾਂ ਕੋਈ ਫਰਕ ਤੇ ਹੈ ਨੀ। ਕੋਈ ਗੱਲ ਨੀ ਮੰਮੀ, ਇਹਨੂੰ ਜਾ ਕੇ ਤੇ ਉਡਾ ਕੇ ਲਿਆ ਦਿਓ, ਆ ਮੈਂ ਰੱਖ ਲਈ ਹਾਂ। ਰੱਖ ਲਾ ਭੈਣਾ, ਤੂੰ ਹੀ ਰੱਖ ਲੈ ਇਹ ਸੂਟ, ਮੈਂ ਆ ਲੈ ਲੈਣੀ ਆ। ਲੈਣਾ ਤੇ ਲੈ ਦੱਸ। ਚੱਲ ਕੋਈ ਨੀ ਮੇਰੀ ਧੀ, ਤੂੰ ਵੀ ਸਹੀ ਚੁੰਨੀ ਵੇਖ ਨਾਲ ਦੀ ਕਿੱਡੀ ਸੋਹਣੀ। ਸੂਟ ਦਿੱਤਾ ਸੀ ਆਂਦੀ ਸੀ ਨਾ ਖੜ, ਮੈਂ ਕਿਹਾ ਚੱਲ ਕੋਈ ਨੀ ਰੀ ਜਿਹੜਾ ਮੈਂ ਲੈ ਜਾਂਦੀ ਹਾਂ, ਤੈਨੂੰ ਬਣਾ ਕੇ ਦਿੱਤੇ ਤੇ ਉਹ ਮਾੜੀਆਂ ਨੇ ਮੇਰੇ ਲਈ, ਦੋਵੇਂ ਇੱਕੋ ਜਿਹੀਆਂ ਹੀ ਨੇ। ਚਲੋ ਮੰਮੀ ਗਲਤੀ ਹੋ ਗਈ ਮੇਰੇ ਤੋਂ, ਮੈਨੂੰ ਉਹ ਬੜਾ ਸੋਹਣਾ ਲੱਗਾ ਸੀ ਵੈਸੇ ਰੰਗ, ਮੇਰੇ ਤੋਂ ਉਦਾਂ ਦਾ ਹੈ ਵੀ ਨਹੀਂ। ਚੱਲ ਕੋਈ ਨੀ, ਇਹਦੇ ਕੋਲ ਫੁੱਲਾਂ ਵਾਲਾ ਤੇਰੀ ਸਾਫ ਸਲਵਾਰ ਪਹੁੰਚਿਆ ਤੇ ਕਢਾਈ ਹੈ, ਤੂੰ ਵੀ ਸਵਾਗ ਸੀ ਕੇ ਤੇ ਹੁਣ ਪਾਈ ਸੀ ਤੇ ਤੂੰ ਆਪ ਰਹਿੰਦੀ ਹੈ ਮਾੜਾ ਸਵਰ ਨੇ। ਦੀਦੀ ਹਾਂ ਸੂਟ ਮੈਨੂੰ ਦੇ ਦੇ ਤਾਂ ਆ ਮੈਂ ਖੋਲ ਕੇ ਵੇਖਿਆ ਕਿਤੇ ਕਢਾਈ ਕੋਈ ਵੀ ਨਹੀਂ ਹੈਗੀ, ਆ ਵੇਖ ਕਿੱਡੀ ਸਲਵਾਰ ਤੇ ਕਢਾਈ ਹੈ ਆਪ। ਲੈ ਤੁਸੀਂ ਮੈਨੂੰ ਨਸੀਹਤ ਦੇਣ ਡੇ ਆ ਵੀ ਦਾ ਸਾਨੂੰ ਨਾ ਕੋਈ ਕੱਪੜਾ ਨਾ ਲੈ ਕੇ ਦੇਗੀ। ਆ ਵੀ ਕਿੱਡੀ ਕਢਾਈ ਹੋਈ ਆ ਸਲਵਾਰ ਤੇ ਤੇ ਕਿੱਡੀ ਆਸ ਦੇਈ ਉਹ ਲੈਣ। ਮੈਂ ਕਿਹਾ ਨਹੀਂ ਤੈਨੂੰ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਵੀ ਇਹ ਲੈ ਲਾ।
ਨਿਕਲੀ ਤੂੰ ਸਭਣੀ ਪਾਸੇ ਵਗ ਜਾਂਦੀ ਹੈ, ਉਹਨੂੰ ਕਿਉਂ ਸ਼ਦੈਣ ਬਣਾ ਛੱਡਿਆ, ਇੱਕ ਵਾਰੀ ਲੈ ਗਈ ਹੁਣ ਦੋ ਵਾਰ ਫਿਰ ਉਟਾਉਣ ਆਈ ਹੈ, ਜੇ ਦੁਕਾਨ ਤੇ ਜਾਂਦੀ ਹੋ ਤੇ ਫਿਰ ਤੁਹਾਨੂੰ ਵੰਡ ਕੇ ਉਟਾ ਕੇ ਉਹਨੇ ਦੇਣੇ ਸਨ ਕਿ ਚੱਜੀਆਂ ਨਾ ਹੋਣ ਤੇ ਮੇਰੀ ਵੀ ਬੇਇੱਜ਼ਤੀ ਕਰਾਉਂਦੇ, ਚੰਗਾ ਤੁਹਾਨੂੰ ਮੈਂ ਨਾਲ ਨਹੀਂ ਖੜਿਆ, ਤੇ ਉਹ ਤੇ ਆਂਦੀ ਸੀ ਕਿ ਭਾਬੀ ਹੋਣਾ ਨੂੰ ਨਾਲ ਲੈ ਆਉਣਾ ਸੀ, ਭਾਬੀ ਹੋਣਾ ਨੇ ਸਾਹ ਤਮਾਸ਼ਾ ਕਰਨਾ ਸੀ, ਪੀਤੀ ਲੱਥ ਗਈ ਆ ਹਾਰ ਰੱਖ ਲੈ ਹੁਣ ਨਹੀਂ ਮੈਂ ਮੋੜਦੀ ਤੇ ਉਹਦੀ ਨਹੀਂ ਲੱਥ ਗਈ, ਤੈਨੂੰ ਕਿਹੜੀਆਂ ਦੋ ਲੱਗ ਗਈਆਂ ਨੇ, ਕਿੱਡੀ ਚਲਾਕ ਹੈ ਮੰਮੀ, ਵੇਖ ਲੈਣਾ ਹੁਣ ਇਹਦੇ ਕੰਮ ਤੁਸੀਂ ਆਪ ਵੇਖ ਲਿਆ, ਇਹਦੇ ਲੱਛਣ ਤੇ ਉਹ ਗੱਲ ਲੜਾਈਆਂ ਵਾਲੇ ਨੇ, ਮੈਂ ਹੀ ਨਹੀਂ ਕਰਦੀ, ਮੈਂ ਨਹੀਂ ਚੱਲ ਜਿਹੜੀ ਘੜੀ ਲਾਂਗੇ ਜੇ ਨਾ ਉਹੋ ਹੀ ਚੰਗੀ ਹੈ, ਪਹਿਲਾਂ ਆਂਦੀ ਸੀ ਵੀ ਇਹੋ ਹੀ ਮੈਂ ਲੈਣਾ ਵਾ ਜਿਹੜਾ ਇਹਨੇ ਫੜਿਆ ਵਾ ਜੇ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ, ਚੈਨਲ ਨੂੰ ਕਰ ਲੋ ਸਬਸਕ੍ਰਾਈਬ, ਧੰਨਵਾਦ ਜੀ ਸਾਰਿਆਂ ਦਾ।